ਸ਼ਰਮਾ, ਤੁਸੀਂ ਦੇਖੋ ਪੰਜਾਬੀ ਖਬਰਾਂ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਮਾਲਪੁਰ ਦੇ ਵਿੱਚ SHO ਮਾਲਪੁਰ ਵੱਲੋਂ ਹਰੇਕ ਜਗ੍ਹਾ ਤੇ ਚੈਕਿੰਗ ਕੀਤੀ ਜਾਏ। ਇਸੇ ਦੌਰਾਨ ਅੱਜ ਮਾਲਪੁਰ ਮੇਨ ਅੱਡੇ ਦੇ ਉੱਤੇ SHO ਮਾਲਪੁਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇੱਕ ਗੱਡੀ ਜੋ ਕਿ ਯੂਪੀ ਤੋਂ ਆਈ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹ ਜੰਮੂ ਦੇ ਰਹਿਣ ਵਾਲੇ ਆ ਤੇ ਯੂਪੀ ਇੱਕ ਆਪਣੇ ਘਰੇਲੂ ਵਿਵਾਹ ਤੇ ਗਏ ਹੋਏ ਸਨ, ਕਿਤੇ ਮੈਰਿਜ ਤੇ ਗਏ ਹੋਏ ਸਨ, ਜੋ ਕਿ 20 ਤਰੀਕ ਦੇ ਕਰੀਬ ਉੱਥੇ ਦੇ ਫਸੇ ਹੋਏ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਰਸਤੇ ਵਿੱਚ ਉਹਨਾਂ ਨੂੰ ਕੋਈ ਪੁੱਛਗਿੱਛ ਕੀਤੀ ਨਹੀਂ ਗਈ। SHO ਸਾਹਿਬ ਨੇ ਜਦੋਂ ਉਹਨਾਂ ਕੋਲ ਪੁੱਛਿਆ ਕਿ ਤੁਹਾਡੇ ਕੋਲ ਕੋਈ ਪਾਸ ਹੈ ਤਾਂ ਉਹਨਾਂ ਨੇ ਕੋਈ ਪਾਸ ਨਹੀਂ ਦਿਖਾ ਲਿਆ। ਉਹਨਾਂ ਵਿੱਚ ਇੱਕ ਮਰੀਜ਼ ਦੀ ਕਾਫੀ ਹਾਲਤ ਖਰਾਬ ਸੀ ਜੋ ਕਿ ਕਾਫੀ ਉਮਰ ਦੇ ਸਨ ਤੇ ਉਹਨਾਂ ਨੂੰ ਉਸੇ ਵੇਲੇ ਸਰਕਾਰੀ ਹਸਪੀਟਲ ਤੋਂ ਡਾਕਟਰ ਟੀਮ ਮੰਗਾ ਕੇ ਉਹਨਾਂ ਨੂੰ ਟੈਸਟ ਵਾਸਤੇ ਮਾਲਪੁਰ ਦੇ ਸਰਕਾਰੀ ਹਸਪੀਟਲ ਵਿੱਚ ਭੇਜਿਆ ਗਿਆ। ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਹੋ, ਤੁਹਾਨੂੰ ਹੋਰ ਵੀ ਬਿਹਤਰੀਨ ਖਬਰਾਂ ਨਾਲ ਦਿਖਾਲਦੇ ਰਵਾਂਗੇ। ਜੈ ਹਿੰਦ। ਤੋ ਅਭੀ ਮੇਰਾ ਕੋਈ ਸ਼ੁਗਰ ਜ਼ਿਆਦਾ ਬੜ ਗਿਆ, 600 ਹੋ ਗਿਆ ਔਰ ਮੇਰੇ ਕੋਲ ਚੱਕਰ ਆ ਰਿਹਾ। ਤੋ ਸਭ ਕੁਝ ਇਸ ਮਾਮਲੇ ਮੇਰੇ ਛੋੜ ਗਿਆ, ਮੈਂ ਜਾਣ ਉਹਦੇ ਦਵਾਈ ਵਾਲਾ ਕੁਛ ਨਹੀਂ ਮਿਲਤਾ। ਨਹੀਂ ਅਭੀ ਆਪਨੇ ਵਹਾਂ ਸੇ ਪਾਸ ਬਣਾਇਆ ਕਿ ਦਿਆ ਕੁਛ? ਕਿਸੇ ਨੇ ਨਹੀਂ ਦਿਆ, ਕਿਸੇ ਨੇ ਦਿਆ, ਜੇ ਵਹਾਂ ਸੇ ਨਹੀਂ ਦਿਆ, ਕਿਸੇ ਨੇ ਨਹੀਂ ਦਿਆ। ਕਿ ਜ਼ਿਆਦਾ ਬਿਮਾਰ ਪੜੇ ਤੋ ਹਮ ਵੇਟ ਨਹੀਂ ਕਰ ਸਕਦੇ, ਤੋ ਕਿ ਉਨਕੀ ਚੱਕਰ ਵਹਾਂ ਪੇ ਇਨਫੋਰਮੇਸ਼ਨ ਨਹੀਂ ਮਿਲਾ। ਹੋਸਪਿਟਲ ਲੈ ਜਾਓ, ਬਿਲਕੁਲ ਗੱਡੀ ਬੈਠੋ ਜੀ, ਆਪਣਾ ਹੋਸਪਿਟਲ ਹੈ ਹਮਾਰੇ ਪਾਸ, ਆਪ ਚੈੱਕ ਕਰਾਓ ਸਭ ਜਗ੍ਹਾ। ਚਲੋ ਇੱਕ ਜਣਾ ਲੈ ਕੇ ਚਲੋ, ਕਿੱਦਾਂ ਉਹਨੂੰ ਮੋਟਰਸਾਈਕਲ ਵਾਲਾ ਦਿਓ ਬੰਦਾ, ਕੋਈ ਨਾਲ ਜਾ ਰਹੇ ਹਸਪਤਾਲ ਜ਼ਖਮੀ, ਚੱਲ ਲੈ ਕੇ ਇਹਨਾਂ ਕੇ ਪਿੱਛੇ ਲਗਾਓ। ਬਾਰੀ ਦੇਖ ਸਕਦੇ ਹਾਂ ਕਿ ਮਾਲਪੁਰ ਦੇ ਵਿੱਚ SHO ਵੱਲੋਂ ਬੜੀ ਸਖਤੀ ਦੇ ਨਾਲ ਪੇਸ਼ ਕਾਰਵਾਈ ਕੀਤੀ ਜਾ ਰਹੀ ਹੈ ਕਿ ਜੋ ਕਿ ਬਾਹਰੋਂ ਆਏ ਇੱਕ ਮਰੀਜ਼ ਆਏ ਦੇ ਵਿੱਚ ਉਹਨਾਂ ਨੇ ਆਪਣਾ ਡਾਕਟਰੀ ਚੈੱਕਅਪ ਕੁਛ ਨਹੀਂ ਕਰਾਇਆ, ਉਹਨਾਂ ਨੂੰ ਸਰਕਾਰੀ ਹੋਸਪਿਟਲ ਦੇ ਵਿੱਚ ਭੇਜਿਆ ਜਾ ਰਿਹਾ ਹੈ ਟੈਸਟ ਵਾਸਤੇ। ਕਾਫੀ ਤੁਸੀਂ ਟ੍ਰੈਫਿਕ ਨੂੰ ਰੋਕਿਆ ਆਉਂਦੇ ਜਾਂਦੇ ਵਿੱਚ, ਇਹਨਾਂ ਦੇ ਵਿੱਚ ਇੱਕ ਗੱਡੀ ਵਾਲੇ ਐਸਾ ਸੀ, ਉਹ ਕਿਹੋ ਜਿਹੀ ਜਗ੍ਹਾ ਤੋਂ ਆਏ ਸੀਗੇ? ਗੱਡੀ ਵਾਲੇ ਦੱਸਦੇ ਕਿ ਅਸੀਂ ਕੋਈ ਮੈਰਿਜ ਅਟੈਂਡ ਕਰਕੇ ਆਏ ਹਾਂ ਅਤੇ ਉਹ ਕੋਈ ਦੱਸਦੇ ਕਿ ਅਸੀਂ ਯੂਪੀ ਤੋਂ ਆ ਰਹੇ ਹਾਂ ਅਤੇ ਲੇਕਿਨ ਉਹਨਾਂ ਦੇ ਕੋਲ ਕੋਈ ਸਾਨੂੰ ਮਿਲਿਆ ਨਹੀਂ ਆਉਣ ਦਾ ਪਰੂਫ,
ਵੀ ਕਿੱਥੋਂ ਆਏ ਨੇ, ਪਰ ਫਿਰ ਵੀ ਅਸੀਂ ਉਹਨਾਂ ਵਿੱਚ ਇੱਕ ਬੰਦਾ ਬਿਮਾਰ ਸੀਗਾ ਅਤੇ ਅਸੀਂ ਡਾਕਟਰ ਨੂੰ ਇੱਥੇ ਟੀਮ ਬੁਲਾ ਕੇ ਡਾਕਟਰਾਂ ਦੀ ਅਤੇ ਉਹਨਾਂ ਨੂੰ ਜਿਹੜਾ ਸਿਵਲ ਹੋਸਪਿਟਲ ਅਸੀਂ ਉਹਨਾਂ ਨੂੰ ਚੈੱਕਅਪ ਕਰਾਉਣ ਵਾਸਤੇ ਭੇਜਿਆ ਕਿਉਂਕਿ ਉਹਨਾਂ 'ਚ ਇੱਕ ਬੰਦਾ ਜਿਹੜਾ ਉਹ ਸੀਰੀਅਸ ਸੀਗਾ, ਉਹ ਦੱਸਦੇ ਸੀ ਕਿ ਇਹਨੂੰ ਕੋਈ ਪ੍ਰੋਬਲਮ ਆ, ਪਰ ਅਸੀਂ ਕਰੋਨਾ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਉਹਨਾਂ ਨੂੰ ਚੈੱਕ ਕਰਾਉਣ ਵਾਸਤੇ ਸਮੇਤ ਪੁਲਿਸ ਪਾਰਟੀ ਅਸੀਂ ਸਿਵਲ ਹੋਸਪਿਟਲ ਮਾਲਪੁਰ ਭੇਜ ਦਿੱਤਾ।